ਪੁਜੀਸ਼ਨ ਸ਼ੋਅ ਨੰਬਰ 4 ਚੌਥੇ ਸਥਾਨ ਪੇ ਆਈ ਹੈ ਇਹ ਬੱਚੀ। ਦੂਜਾ 6 ਤੀਜਾ ਵੀ 6 466 ਨੰਬਰ ਥਰਡ ਪੋਜੀਸ਼ਨ ਹਾਸਲ ਕੀਤੀ ਆ ਇਸ ਸ਼ੇਰੀ ਨੇ। ਔਰ ਬਈ ਤੀਸਰੇ ਸਥਾਨ ਪੇ ਆਈ ਹੈ ਇਹ ਇਹ ਵਛੇਰੀ ਇਹ ਵਛੇਰੀ ਉਹ ਇਧਰੋਂ ਕਰਕੇ ਲਾ ਬਾਈ ਸੁਨੀਲ ਸਿੰਘ ਦਰਸ਼ਨ ਫਤਿਹ ਸਟਾਰਟ ਕਰ। ਅੱਜ ਦੀ ਜੋ ਚੈਂਪੀਅਨ ਮਾਰਵਾੜੀ ਦੋ ਦੰਦ ਵਛੇਰੀ ਆ ਬੇਅੰਤ ਜਿਹੜੀਆਂ ਪਿੱਛੇ ਰਹਿੰਦੀਆਂ ਨਾ ਦੋ ਨਹੀਂ ਇਹ ਲੱਗਦਾ ਵੀ ਪਹਿਲਾਂ ਉਹਦਾ ਬੋਲਿਆ ਜਾਵੇ ਦੂਜਾ ਕਹਿੰਦਾ ਪਹਿਲਾਂ ਉਹਦਾ ਬੋਲਿਆ ਜਾਵੇ ਤੁਸੀਂ ਵੀ ਸ਼ਰਾਰਤੀ ਆ। ਹਾਂਜੀ ਪਹਿਲਾਂ ਸੈਕਿੰਡ ਬੋਲਦੀ ਫਸਟ ਬੋਲਦੀ ਸੈਕਿੰਡ ਹੀ ਚੱਲਣ ਦੇ ਕਿਉਂਕਿ ਆਪਾਂ ਤਰਤੀਬ ਨਹੀਂ ਤੋੜਨੀ ਦਿਲ ਨਹੀਂ ਟਾਉਣਾ ਦੋਵਾਂ ਦਾ ਇੱਕ ਬਰਾਬਰ ਰੱਖਣੇ ਆ। ਸੋ ਫਿਰ ਦੱਸ ਦਈਏ ਕਿ ਜਿਹੜਾ ਰਿੰਗ ਸਪੋਂਸਰ ਕੀਤਾ ਮਾਰਵਾੜੀ ਦੋ ਦੰਦ ਨੁਕਰੀ ਮਾਰਵਾੜੀ ਜੀ ਦਾ ਸ਼ੇਰੀ ਦਾ ਬਿਗ ਬ੍ਰਦਰ ਸਟਡ ਫਾਰਮ ਹੈਪੀ ਦਾਸ ਜੀ ਉਹਨਾਂ ਦੀ ਬਰਾਬਰ ਦਾ ਕੰਪੀਟੀਸ਼ਨ ਹੈ ਬਰਾਬਰ ਦਾ ਕੰਪੀਟੀਸ਼ਨ ਹੈ ਫਸਟ ਆਈ ਹੈ ਜਿਹੜੀ ਜੀ 455 ਬਹੁਤ ਹੀ ਫਸਵੀਂ ਟੱਕਰ ਦੋ ਦੰਦ ਮਾਰਵਾੜੀ ਵਛੇਰੀਆਂ ਦੇ ਵਿੱਚ ਵੋਟਰ ਸਟੱਡ ਫਾਰਮ ਪੂਰੀ ਬਹੁਤ ਹੀ ਅਣਥਕ ਮਿਹਨਤ ਕਰਦੇ ਆ ਭਰਾ ਸ਼ੋ ਖੇਡਣ ਦਾ ਬੜੇ ਸ਼ੌਕੀਨ ਨੁਕਰੇ ਤੇ ਮਾਰਵਾੜੀ ਬੀਟ ਦੇ ਅੰਦਰ ਦੋਵਾਂ ਵਿੱਚ ਸ਼ੋ ਖੇਡਦੇ ਆ ਚੰਗਾ ਨਾਮ ਕੀਤਾ ਬਾਈ ਉਹਨਾਂ ਨੇ। ਇਹ ਵਛੇਰੀ ਜਿਹੜੀ ਹੈ ਜੀ ਇਹ ਗੋਲਡਨ ਕੁਈਨ ਵਛੇਰੀ ਹੈ ਔਰ ਵਾਕਿਆ ਜਿਹੋ ਜਿਹਾ ਨਾਂ ਉਹੋ ਜਿਹਾ ਹੀ ਜੁੱਸਾ ਉਹੋ ਜਿਹਾ ਹੀ ਰੰਗ ਭਾਈ ਗੈਰੀ ਗਿੱਲ ਕੋਲ ਜਿਹੜਾ ਘੋੜਾ ਪੰਜਾਬ ਤੇ ਭਾਈ ਸਨੀ ਗਿੱਲ ਕੋਲ ਘੋੜਾ ਗੋਲਡਨ ਰੌਕ ਉਹਦੀ ਇਹ ਭੈਣ ਹੈ ਤੇ ਬਹੁਤ ਪੁੱਤਰ ਸਾਹਿਬ ਨੂੰ ਸੈਕਿੰਡ ਆਈ ਹੈ ਔਰ ਇਹ ਜੋ ਬੱਚੀ ਆਈ ਹੈ ਇਹ ਫਸਟ ਹੈ ਸੰਦੀਪ ਭਾਈ ਅੱਜ ਦੀ ਚੈਂਪੀਅਨ ਬਣੀਆਂ ਦੋ ਦੰਦ ਮਾਰਵਾੜੀ ਵਛੇਰੀ ਵਛੇਰੀ ਦਾ ਨਾਂ ਜੀ
ਰੂਹੀ ਲਿਵਿੰਗ ਲੈਜੈਂਡ। ਸੋ ਤਾੜੀਆਂ ਮਾਰ ਕੇ ਹੌਸਲਾ ਦੋ ਕਿਵੇਂ ਜਾ, ਤਾੜੀਆਂ ਮਾਰ ਕੇ ਦਰਸ਼ਕਾਂ ਦਾ ਪਤਾ ਲੱਗੇ ਵੀ ਬੈਠੇ ਇੱਥੇ ਲਿਵਿੰਗ ਲੈਜੈਂਡ ਮਾਂ ਘੋੜੀ ਦੀ ਧੀ ਆ ਬਸ਼ੇਰੀ ਦਾ ਨਾਂ ਜੀ ਰੂਹੀ। ਸਾਡੇ ਵਿਚਕਾਰ ਉਪਿੰਦਰ ਜੀ ਹੈ ਸਾਰਾ, ਮੈਂ ਤੋਂ ਇਨਕੋ ਭੁੱਖ ਦਵਾਈ ਬੋਲਤਾ ਹੂੰ, ਜੋ ਵੀ ਪਹੁੰਚੇ ਹੈ ਉਨਕਾ ਹਾਰਦਿਕ ਇਹ ਬਸ਼ੇਰੀ ਨੇ ਯੋਧਪੁਰ ਦਾ ਸ਼ੋਅ ਵੀ ਮੈਨੂੰ ਕੀਤਾ ਜੀ ਕੁਝ ਦਿਨ ਪਹਿਲਾਂ। ਅੱਜ ਦੀ ਅੰਪਾਇਰ ਹੌਟ ਕੱਪ 2024 ਦੀ ਕੈਟੇਗਰੀ ਵਿੱਚ ਸਮਾਪਤ ਹੋ ਚੁੱਕੀ ਹੈ, ਨੌਕਰੀ ਵਾਲੇ ਵੀਰ ਹਾਲੇ ਤੱਕ ਨਹੀਂ ਆਏ। ਇਸ ਬਸ਼ੇਰੀ ਦੀ ਟਾਈਮ ਹੈ ਜੋ ਲੰਘਣੀ ਤੇ ਸਾਇਰ ਦਿਲਵਾ ਦਿਲਵਾ ਘੋੜੀ ਦੀ ਧੀ ਅੱਜ ਚੈਂਪੀਅਨ ਬਣੀ ਹੈ ਜੀ ਦੋ ਦੰਦ ਵਿੱਚੋਂ ਯੋਧਪੁਰ ਦੇ ਵਿੱਚ ਮਾਰਵਾੜੀ। ਇਸ ਬਸ਼ੇਰੀ ਨੇ ਵਿਨ ਕੀਤਾ, ਬਹੁਤ ਬਹੁਤ ਵਧਾਈਆਂ ਭਾਈ ਤਾਰੀ ਬਾਈ ਸੰਦੀਪ ਨੂੰ। ਬਾਈ ਜੀ ਮਾਰਵਾੜੀ ਬਸ਼ੇਰੀਆਂ ਦੋ ਦੰਦ ਉਹਦੇ ਵਿੱਚ ਤੀਜੇ ਨੰਬਰ ਤੋਂ ਲੈ ਕੇ